मेरा मुंडा चिट्टा पीता मेरे लीड़े पाड़ते नाले रुपये कट ले मेरे नाले कुटिया महाराज जी मेरे ना करी तो मैंनू कहिंदे मेरी सेवा कर कौन कहिंदा जगराज सिंह जिहड़ा सचू आ इंचार्ज छोटे रगड़े जाते तुसीं ना रगड़े जायो तो सिलेंडर भी चक के बेचता जिहड़ी चीज है वह भी चक के बेच दिंदा घर जाके देखो साडा की हाल कढ़िया पिया इत्थे आया तो पैसे मंगदे आ इन्हां दे ना इन्हां दे मुंडे दे बेटे दे रेस्टोरेंट चलदे हुंदे सीगे उदों अहीं जांदे हुंदे सी जदों रेस्टोरेंट गेट ते जांदे हुंदे सी ना ਇਹ ਮੁੰਡੇ ਨੂੰ ਭਜਾ ਦਿੰਦੇ ਹੁੰਦੇ ਸੀ ਉੱਥੋਂ ਉਹ ਕਹਿੰਦੇ ਤੁਸੀਂ ਭਜਾਉਣੇ ਤੁਸੀਂ ਭਜਾਉਣੇ ਨਾ ਭਜਾਉਣ ਮੈਂ ਕਿਉਂ ਭਜਾਵਾਂ ਮੈਂ ਤਾਂ ਮੌਕੇ ਤੇ ਕਹਿੰਦਾ ਫੜੋ ਆ ਕੇ ਉਦੋਂ ਇਹ ਵੀ ਨਾਲ ਸੀ ਇਹਨਾਂ ਨੇ ਫੜਿਆ ਵਾ ਫੜ ਕੇ ਮੁੜ ਕੇ ਇਹਨਾਂ ਨੇ ਚੌਂਕੀ ਜਾ ਕੇ ਛੱਡਤਾ ਆਖੇ ਕੀ ਸਬੂਤ ਕੀ ਆ ਮੈਂ ਸਬੂਤ ਦੱਸੋ ਤੁਸੀਂ ਫੜੋਗੇ ਤਾਂ ਫੇਰ ਹੀ ਆ ਹੁਣ ਉਹਦੇ ਵਿੱਚ ਜੇ ਸਾਨੂੰ ਇਹ ਸਹਿਯੋਗ ਵੀ ਦਿੰਦੇ ਤਾਂ ਉੱਥੇ ਰੈਸਟੋਰੈਂਟ ਨੇ ਨਾ ਆ ਕੰਮ ਹੁੰਦਾ ਨਾ ਦਿਖਾ ਇਹ ਕਹਿੰਦੇ ਵੀ ਤੁਸੀਂ ਘਰੋਂ ਭਜਾਉਂਦੇ ਸੀ ਤੇ ਚੌਂਕੀਆਂ ਠਾਣੇ ਤੋਂ ਇਹ ਭਜਾਉਂਦੇ ਪੈਸੇ ਲੈ ਕੇ जगराज जगराज सिंह ये मैं दरखास्त मेरी पई है नकल भी मैं इन्हू कहा जी मेरे लीड़े पाड़े आए हैं तो कहता पहले सेवा कर मेरी मैं तेरी सेवा की कर दिया घरों तो मेरा मुंडा चिट्टा बेचता लीड़े मेरे पाड़े आ मुंडे ने मेरे हाँ 500 रुपया देखो अपने को गवाह खड़ा उन्होंने जिहड़ा चौकी ची कहने भी चौकी वाली गल नहीं सुनते आ साडे कोले गवाह खड़ा जी तो पैसे भी मंगे है ਇਹ ਨਾਂ ਵੀ ਲੈਂਦੇ ਆ ਵੀ ਕਿਹੜਾ ਮੁਲਾਜ਼ਮ ਹੈ ਕੀ ਕਿ ਤੁਸੀਂ ਤੁਸੀਂ ਕਿਹਦੇ ਖਿਲਾਫ ਦਰਖਾਸਤ ਮੈਂ ਉਹਦੇ ਮੁੰਡੇ ਦੇ ਕਿਉਂ ਮੇਰਾ ਮੁੰਡਾ ਚਿੱਟਾ ਪੈਂਦਾ ਮੇਰੇ ਲੀੜੇ ਪਾੜਦੇ ਨਾਲੇ ਰੁਪਈਏ ਕੱਢ ਲੈ ਮੇਰੇ ਨਾਲੇ ਕੁੱਟਿਆ ਮੈਂ ਜੀ ਮੇਰੇ ਨਾਲ ਐਂ ਕਰੀ ਮੈਂ ਫਿਰ ਇਹਨਾਂ ਨੇ ਸੁਣੀ ਨਾ ਮੈਂ SSB ਦੇ ਦਿੱਤੀ SSB ਤੋਂ ਆ ਗਈ ਤਾਂ ਮੈਨੂੰ ਕਹਿੰਦੇ ਮੇਰੀ ਸੇਵਾ ਕਰ ਕੌਣ ਕਹਿੰਦਾ ਜਗਰਾਜ ਸਿੰਘ ਜਿਹੜਾ ਸੱਚੂ ਆ ਇੰਚਾਰਜ ਹਾਂ ਮੈਂ ਕਿਹਾ ਜੀ ਕੋਈ ਨਾ ਫਿਰ ਮੈਂ ਤਾਂ ਅਦਾਲਤ 'ਚ ਕੇਸ ਲਾ ਦੂੰ ਜੱਜ ਦੇ ਲਾਊਂਗਾ ਹੁਣ ਜਦੋਂ ਸੁਣਨੇ ਹੀ ਨਹੀਂ अंदर जा के सारा कुछ उन्होंने हुणे करो ठीक है आपां संधू साहब नूं भी लैके चलदे आपां हुणे करदे आ नतारा मौके ते हाजर हो असीं असल च बेनती इह करन आए आ वी 24 तरीक नूं सुखी मैंबर ते तोता सिंह तुहाडे कोले इक मोटरसाइकिल दा नंबर दे के गए आ दे के गए कि नहीं दे के गए पुछो जगराज साहब नूं जां डायरी देखो आप जी मेरी गल सुनो वो दे के गए नंबर ਇੱਥੇ ਗੁਰਮੀਤ ਜਾਂ ਮੁਨਸ਼ੀ ਆ ਜਾਂ ਵੀ ਹੈਗਾ ਪਰਮਜੀਤ ਦਾ ਮੁੰਡਾ ASI ਆ ਜਾਂ ਜਗਰਾਸ ਉਹਨਾਂ ਨੂੰ ਤਿੰਨਾਂ ਦਾ ਮੈਂ ਕਿਹਾ ਫੋਨ ਨੰਬਰ ਹੈਗਾ ਤਾਂ ਗੱਲ ਕਰ ਲਓ ਉਹ ਲੈ ਕੇ ਵੀ ਆਏ ਸੀਗੇ ਫਿਰ ਬਾਅਦ ਦੇ ਵਿੱਚ ਮੈਂ ਤਾਂ ਹੁਣ ਹਾਈਕੋਰਟ ਸੀਗਾ ਬੈਠਾ ਜੀ ਮੈਂ ਜੇ ਇੱਥੇ ਮੈਂ ਕਿਹਾ ਚਲੋ ਠੀਕ ਆ ਜ਼ਿੰਮੇਵਾਰੀ ਤਾਂ ਅਸਲ 'ਚ ਇਹ ਆ ਵੀ 24 ਤਰੀਕ ਤੋਂ ਅਸੀਂ ਨੰਬਰ ਦਿੱਤਾ ਉਹਦਾ ਅੱਜ ਤੱਕ ਨੰਬਰ ਨਹੀਂ ਕਢਵਾਇਆ ਚੌਂਕੀ ਦੇ ਮੁਲਾਜ਼ਮਾਂ ਨੇ ਵੀ ਉਹਦਾ ਨੰਬਰ ਕਢਾ ਕੇ ਪਤਾ ਕਰ ਲਈਏ ਕਿਹਦਾ ਕਿਉਂਕਿ ਉਸ ਮੋਟਰਸਾਈਕਲ ਦੀ ਹਵਾ ਕੱਢ ਕੇ ਆਏ ਇਹਨਾਂ ਦੀ ਪਹੀ ਤੇ ਮੋਟਰਸਾਈਕਲ ਖੜਾ ਸੀ ਉਹ ਤਿੰਨ ਜਾਣੇ ਭੱਜ ਗਏ ਸੀ ਉੱਥੋਂ ਭਜਾਏ ਆ ਉਹ ਭੱਜ ਕੇ ਸਿਵਿਆਂ 'ਚ ਵੜ ਗਏ ਉਹ ਇਹ ਡਰਦੇ ਦੋ ਜਾਣੇ ਕੋਲੇ ਨਹੀਂ ਉਹਨਾਂ ਦੇ ਗਏ ਵੀ ਸ਼ਾਇਦ ਇਹਨਾਂ ਦੇ ਕੋਲੇ ਨਾ ਕੁਛ ਹੋਵੇ ਉਹ ਮੋਟਰਸਾਈਕਲ ਬਾਹਰ ਉਹਨਾਂ ਨੇ ਕੱਢਿਆ ਤਾਂ ਉਹਦੀ ਕੱਢਿਆ ਇਹ ਹਵਾ ਉਹ ਆ ਗਏ ਚੌਂਕੀ ਚੌਂਕੀ 'ਚ ਮੁਲਾਜ਼ਮ ਰੋਟੀ ਖਾਂਦੇ ਸੀ ਉਹਦੀ ਵੀ ਰੋਟੀ ਖਾ ਲਏ ਚਲੋ ਸਾਡਾ ਭਾਈਚਾਰਾ ਹੀ ਆ ਵੀ ਰੋਟੀ ਖਾ ਲਓ ਆਪਾਂ ਫੇਰ ਚੱਲਦੇ ਜਦੋਂ ਨੂੰ ਗਏ ਉਦੋਂ ਉਹ ਮੋਟਰਸਾਈਕਲ ਚੱਕ ਕੇ ਲੈ ਗਏ ਉੱਥੋਂ ਅਜੇ ਪਰਸੋਂ ਚੌਥੇ ਦੀ ਗੱਲ ਹੀ ਹੈ ਇਹ ਤਕਰੀਬਨ 19 ਤਰੀਕ ਦੀ ਇੱਕ ਬਿਨਾਂ ਨੰਬਰ ਮੋਟਰਸਾਈਕਲ ਇੱਥੇ ਸੀ ਚੌਂਕੀ 'ਚ ਫੜਾ ਕੇ ਗਏ ਆ ਨਾ ਉਹਦੇ ਕੋਲ ਕੋਈ ਕਾਗਜ਼ ਨਾ ਉਹਦੇ ਕੋਲ ਲੈਣਾ ਨੰਬਰ ਵੀ ਹੈ ਨਹੀਂ ਸੀ ਉਹ ਵੀ ਉਹ ਅੱਧੇ ਘੰਟੇ ਬਾਅਦ ਹੀ ਛੱਡਤਾ ਤੇ ਆਹ ਹੁਣ ਸਾਥੀ ਖੜੇ ਆ ਕੋਲੇ ਇਹਨਾਂ ਦੇ ਮੁੰਡੇ ਨੇ ਇਹ ਬੰਦੇ ਨੂੰ ਕੁੱਟਿਆ ਮੁੰਡੇ ਨੇ ਇਹਨਾਂ ਦੇ ਨੇ ਨਸ਼ਾ ਕਰਦਾ ਇਹਨੂੰ ਹੀ ਕੁੱਟ ਸਿੱਟਿਆ ਨਾਲੇ ਇਹਦੇ ਲੀੜੇ ਪਾੜਤੇ ਨਾਲੇ ਉਹ ਇਹਦੇ ਕੋਲੋਂ ਕੁੱਟਮਾਰ ਕਰਕੇ ਪੈਸੇ ਖੋ ਲੈਂਦਾ ਉਹਦੀ ਦਰਖਾਸਤ ਤੁਹਾਨੂੰ ਦਿੱਤੀ ਤੁਸੀਂ ਕੋਈ ਅਮਲ ਨਹੀਂ ਕੀਤਾ ਉਹਦੀ ਦਰਖਾਸਤ ਮੁੜ ਕੇ SSP ਸਾਹਿਬ ਨੂੰ ਚਲੋ ਕਦੋਂ ਦੇ ਅੱਜ ਦਰਜ ਇੱਥੇ ਜਗਰਾਜ ਕੋਲੇ ਆਇਆ ਮੈਂ ਤੇ ਇਹ ਕਹਿੰਦਾ ਮੇਰੀ ਸੇਵਾ ਕਰ ਪਹਿਲਾਂ ਮੈਂ ਦਰਖਾਸਤ ਹੋਣ ਦਿੱਤੀ ਤੁਹਾਡਾ ਮੁਲਾਜ਼ਮ ਇੱਥੋਂ ਬਦਲਿਆ ਉਦੋਂ ਐਕੋ ਉਹ ਜਦੋਂ ਚਿੱਟੇ ਵਾਲੇ ਦੇ ਘਰੋਂ ਹਾਂ ਬਦਲਿਆ ਨਾ ਉਹਦਾ ਤੂੰ ਉਹਦਾ ਇੱਥੇ ਸੀਗੇ ਉਦੋਂ ਤਾਂ ਮੈਂ ਦਰਖਾਸਤਾਂ ਦੇ ਹੀ ਆਉਂਦਾ ਉਦੋਂ ਬਾਅਦ 'ਚ ਮੈਨੂੰ ਕੁੱਟਿਆ ਲੀੜੇ ਪਾੜੇ ਆ ਲੀੜੇ ਮੈਂ ਇੱਥੇ ਚੌਂਕੀ 'ਚ ਦਿਖਾ ਗਿਆ ਹੈਂ ਫਿਰ ਮੈਂ SSP 'ਤੇ ਦਿਖਾ ਤੀ SSP 'ਤੇ ਆਈ ਤਾਂ ਮੈਨੂੰ ਸੱਦਿਆ ਮੈਂ ਇੱਥੇ ਆਇਆ ਬਿਆਨ ਲੈ ਲਏ ਕੋਈ ਕਾਰਵਾਈ ਨਹੀਂ ਕਰੀ ਜਦੋਂ ਮੈਂ ਇੱਥੇ ਆਇਆ ਕਹਿੰਦਾ ਮੇਰੀ ਸੇਵਾ ਕਰ ਮੈਂ ਸੇਵਾ ਕੀ ਕਰਦਿਆਂ ਤਾਂ ਤੁਹਾਨੂੰ ਵੀ ਪਤਾ ਵਾ ਘਰੋਂ ਨੇ ਸਮਾਨ ਵੇਚਿਆ ਲੀੜੇ ਵੇਚਿਆ ਤੁਹਾਨੂੰ ਦੱਸਿਆ ਵਾ ਤੁਹਾਨੂੰ ਵੀ ਸਾਰੀ ਨੌਲੇਜ ਆ ਹਾਂ ਤੁਹਾਡੇ ਕੋਲੇ ਆ ਗੱਲ ਪ੍ਰਧਾਨ ਸਾਹਿਬ ਇਹਨਾਂ ਦੇ ਨਾ ਇਹਨਾਂ ਦੇ ਮੁੰਡੇ ਦੇ ਬੇਟੇ ਦੇ ਰੈਸਟੋਰੈਂਟ ਚੱਲਦੇ ਹੁੰਦੇ ਸੀਗੇ ਉਦੋਂ ਅਸੀਂ ਜਾਂਦੇ ਹੁੰਦੇ ਸੀ ਜਦੋਂ ਰੈਸਟੋਰੈਂਟ ਦੇ ਗੇਟ ਤੇ ਜਾਂਦੇ ਹੁੰਦੇ ਸੀ ਨਾ ਇਹ ਮੁੰਡੇ ਨੂੰ ਭਜਾ ਦਿੰਦੇ ਹੁੰਦੇ ਸੀ ਉੱਥੋਂ ਕੌਣ ਮੈਂ ਭਜਾਉਂਦਾ ਨਹੀਂ ਨਹੀਂ ਦੇਖੋ ਬੰਦਾ ਗਾਇਬ ਹੋ ਜਾਂਦਾ ਸੀ ਉੱਥੋਂ ਪਹਿਲਾਂ ਹੁੰਦਾ ਸੀਗਾ ਸਾਨੂੰ ਕਹਿੰਦੇ ਸੀ ਜਦੋਂ ਜਾਂਦੇ ਰੈਸਟੋਰੈਂਟਾਂ ਦੇ
क्योंकि अदालत पेश करना होंगे जी, बाद उतों गैब हो जाता ही। अभी क्या भी हूँ तो भजया पिछली कंध टप गया, इतों ही टप गया जी, घर के कह देंगे हूँ वो जे सू सहयोग भी देंगे तो उत ही रेस्टोरेंट ना आ कम हों दरखास्त दस जो मैं एक मिनट सुनो गल एक मिनट सुनो एक मिनट सुनो गल सुनो गल गल सुनो जिंदगी अज तक किसी छोटे मुलाजम की शिकायत नहीं करी। सानू पता थोड़े भी घरे बहुत मुश्किल ना टाइम पास हों, तनखा ते सबर करना शुरू करो, बंद कर दियो ये सेवा सुबह। हुण माहौल होर होया पिया, इत बड़े बच जाते तो छोटे रगड़े जाते, तुसी ना रगड़े जायो। उन्हों को मुड़के ना ये काम करे, तुसी भी ना करो, कोई भी ना करे, ये बंद करो ठीक है। तनखा ते सारो चक के बेचते, सिलेंडर नहीं छड़ता, जिहड़ी चीज़ आंदी है बेचदा वा, तो फिर नहीं ये फटते। आखे की सबूत की है, मैं सबूत दसो तो फटोगे तो फिर ही आजा भजा मैं क्यों भजावा, मैं तो मौके से कहना फटो आखे, मैं तो टाइम दिना पाया टाइम से आवो तो मैं फटो मैं फटा तैयार हाँ। मैं दरखास्त क्यों, मैं तो दरखास्त दी एस एच पी से जाके आया, नहीं साढ़े को मेरे को दरखास्त नहीं सी, मैं डील नहीं कर रहा। मेरे को रेस्टोरेंट जाते उदो जो गेट से ही सुबह जाना ही फड़न वास्ते, मैं परमजीत असं गए दो बारी उदो इन्ह बुढ़िया जाम मतलब भी वो कर देगा ही। जो अही कहते भी साढ़े आप वैथ वैज की वेख लें गेट वैज की झाती मार के बंदा भजदा वेख लेंगे इन्हों का बेटा भज जाता ही उदो हाँ जी, नहीं तो सानू रिस्पोंस दे ना ना दरखास्त तक गल ही नहीं जानी आप रेस्ट करके तो उन्होंने गल बोलने नहीं दसती अपने गेटा च बंदर बंदर बंदा ही नहीं दसता जो गेट अपने लगे लोहे दे आ हाँ जो टाइम तो जाना एक गिर इतों बदल गया ए एस आई हुंदा सीगा बैरकां दा उदो ये भी नाल सी इन्होंने फड़िया वा फड़ के मुड़ के इन्होंने चौंकी जाके छड़ता हाँ जी छड़िया ये भी नाल से उदो तुसी छड़िया मैं झूठ नहीं बोलना रेस्टोरेंट ते जांदा सी मैं कित्थों फड़ लूंगा जी उहनूं मैं तां रेस्टोरेंट लेके जांदा हुंदा सीगा तुसी तू भी नाल सी मेरे घर कोले लेके गए हो इक मजबियां दा मुंडा सीगा फड़िया इक मेरा मुंडा सी इत्थों चौंकी चों इन्हां ने छड़े आ बाद च हाँ मेरा तां बुरा हाल आ सर ये पता की कहिंदे आ इह कहिंदे वी तुसी घरों भजाउंदे सी ते चौंकियां थाने तों इह भजाउंदे पैसे लेके चौंकियां थाने तों इह भजाउंदे आ नहीं मैं नहीं मैं हाँ हाँ तुम ये सारा कुछ बंद करो वो मुंडे नूं फड़ो ताकि सौखा रहे ठीक है जी फड़ लाँगे हुण फड़ लाँगे कोई नहीं गल पता की है जी साढ़े को एक तो ज रिकवरी मौके पर हो जाए कानूनी कारवाई हो सकती है वो एप्लीकेशन लिखाओ लिखा के जेड़ा कुछ किया हां ओदे अनुसार कारवाई सेवा मंगी आ मैं सेवा कितों दे दिया घरे तो मैं हुण पानी नहीं छड्डिया भांडा पीण नूं पित्तल दे भांडे प्यो पुत ते दरखास्त देण आउंदा कोई छोटी गल नहीं हुंदी जिवें अंत हुंदा अंत करके मैं दित्ता जी टूमा भी चक्के बेचतीआं तो सिलेंडर भी चक के बेचता जी चीज है वही चक के बेच दिता हाँ घर जाके देखो साडा की हाल कढ़िया पिया हाँ इतने आए तो पैसे मंगते हाँ पहला दुखी होंगे बंदा तो हाँ दस दौ हूँ कोई धरगा कोई सरकार को इसे घर नहीं आना दस्यो फिर जे कार्रवाई नहीं होगी तो दस ठीक ठीक है।